ਬੀਤੇ ਦਿਨੀ ਪਟਿਆਲਾ ਵਿੱਚ ਆਰਮੀ ਦਾ ਐਨਸੀਸੀ ਸਿਖਲਾਈ ਜਹਾਜ਼ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਐਨਸੀਸੀ ਦੇ ਦੋ ਵਿਦਿਆਰਥੀ ਜ਼ਖਮੀ ਹੋ ਗਏ ਸਨ ਅਤੇ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਚੀਮਾ ਦੀ ਮੌਤ ਹੋ ਗਈ ਸੀ, ਜੋ ਗੁਰਦਾਸਪੁਰ ਦੇ ਪਿੰਡ ਆਲੋਵਾਲ ਦੇ ਰਹਿਣ ਵਾਲੇ ਸਨ। ਉਹਨਾਂ ਦੀ ਮ੍ਰਿਤਕ ਦੇ ਉਹਨਾਂ ਦੇ ਜੱਦੀ ਪਿੰਡ ਪਹੁੰਚਣ 'ਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਵਿੰਗ ਕਮਾਂਡਰ 2 ਸਾਲ ਪਹਿਲਾਂ ਹੀ ਏਅਰਫੋਰਸ ਕਮਾਂਡਰ ਵਜੋਂ ਪਟਿਆਲਾ ਵਿੱਚ ਤੈਨਾਤ ਹੋਏ ਸਨ। ਉਹਨਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਏਗਾ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦੇ ਭਰਾ ਨੇ ਦੇਸ਼ ਲਈ ਡਿਊਟੀ ਦੌਰਾਨ ਆਪਣੀ ਸ਼ਹਾਦਤ ਦਿੱਤੀ। ਉਹਨਾਂ ਨੇ ਦੱਸਿਆ ਕਿ 2 ਸਾਲ ਪਹਿਲਾਂ ਹੀ ਉਹਨਾਂ ਦੀ ਪ੍ਰਮੋਸ਼ਨ ਏਅਰਫੋਰਸ ਕਮਾਂਡਰ ਵਜੋਂ ਹੋਈ ਸੀ ਅਤੇ ਉਹ ਪਟਿਆਲਾ ਵਿੱਚ ਤੈਨਾਤ ਸਨ। ਬੀਤਾ ਦਿਨੀ ਐਨਸੀਸੀ ਦੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਸਮੇਂ ਉਹਨਾਂ ਦਾ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਇਸ ਹਾਦਸੇ ਵਿੱਚ ਐਨਸੀਸੀ ਦੇ 2 ਵਿਦਿਆਰਥੀ ਜ਼ਖਮੀ ਹੋ ਗਏ ਅਤੇ ਉਹਨਾਂ ਦਾ ਭਰਾ ਸ਼ਹੀਦ ਹੋ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਰੋਂਦਾ ਛੱਡ ਗਏ। ਉਹਨਾਂ ਦੱਸਿਆ ਕਿ ਅੱਜ 12 ਵਜੇ ਦੇ ਕਰੀਬ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਏਗਾ। ਗੁਰਦਾਸਪੁਰ ਤੋਂ ਸੁਖਵੀਰ ਸੋਖੀ। ਉਦੋਂ ਬਾਅਦ ਫਿਰ ਹੋਏ ਏਅਰਮੈਨ ਭਰਤੀ ਹੋਏ ਸੀ, ਵਿੱਚੋਂ ਲੈ ਕੇ ਪ੍ਰਮੋਸ਼ਨ ਲੈ ਕੇ ਹੁਣ ਕਮਾਂਡਰ ਅਫਸਰ ਬਣੇ ਏਅਰਫੋਰਸ ਪਟਿਆਲੇ। ਅਸੀਂ 3 ਭਰਾ ਅਤੇ 1 ਭੈਣ ਅਤੇ ਸਾਡੇ ਮਦਰ ਸਾਹਿਬ ਹੁਣ ਢਾਈ ਸਾਲ ਹੋ ਗਏ, 3 ਸਾਲ ਹੋ ਗਏ ਫਿਰ ਦੁਬਾਰਾ। ਹਾਂਜੀ, ਬੱਚਾ ਕਿੰਨੇ ਕਿੰਨੇ ਉਮਰ ਦੇ ਨੇ ਜੀ ਇਹਨਾਂ ਦੇ? ਬੱਚੇ ਕੁੜੀ ਆ ਜਿਹੜੀ ਆ 19 ਸਾਲ ਦੀ ਜੀ, ਬੇਟਾ ਹੈਗਾ 13 ਸਾਲ ਦਾ। ਠੀਕ ਹੈ। ਵਿੰਗ ਕਮਾਂਡਰ ਜਿਹੜੇ ਐਨਸੀਸੀ ਨੂੰ ਜਿਹੜੇ ਕੈਡਟਸ ਨੂੰ ਟ੍ਰੇਨਿੰਗ ਦੇ ਰਹੇ ਸੀ, ਫਲਾਇੰਗ ਟ੍ਰੇਨਿੰਗ ਦੇ ਰਹੇ ਸੀ ਪਟਿਆਲਾ 'ਚ, ਕੱਲ੍ਹ ਇੱਕ ਮੰਦਭਾਗੀ ਘਟਨਾ ਹੋਈ। ਉਹਨਾਂ ਦਾ ਜਿਹੜਾ ਏਅਰਕ੍ਰਾਫਟ ਕ੍ਰੈਸ਼ ਹੋ ਗਿਆ, ਜਿਹਦੇ 'ਚ ਖੁਦ ਉਹ ਸ਼ਹਾਦਤ ਦਾ ਜਾਮ ਪੀ ਗਏ ਅਤੇ 2 ਕੈਡਟਸ ਜਿਹੜੇ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇੱਕ ਬਹੁਤ ਹੀ ਦੁਖਦਾਈ ਖਬਰ ਹੈ ਪਰਿਵਾਰ ਦੇ ਲਈ, ਜਿਹੜਾ ਪਰਿਵਾਰ ਇੱਕ ਸੁਪਨਾ ਦੇਖ ਰਿਹਾ ਸੀ ਕਿ 2 ਸਾਲ ਦੇ ਬਾਅਦ ਉਹ ਰਿਟਾਇਰ ਹੋਣਗੇ, ਪਰਿਵਾਰ ਦੇ ਨਾਲ ਬੈਠਣਗੇ, ਕਿਸ ਤਰ੍ਹਾਂ ਅੱਗੇ ਜ਼ਿੰਦਗੀ ਨੂੰ ਜੀਣਾ ਹੈ। ਲੇਕਿਨ ਆਪਣੀ ਵਰਦੀ ਦਾ ਰਿਣ ਉਤਾਰਦਿਆਂ ਹੋਇਆਂ, ਆਪਣੀ ਡਿਊਟੀ ਨੂੰ ਪਹਿਲ ਦਿੰਦਿਆਂ ਹੋਇਆਂ, ਗਰੁੱਪ ਕੈਪਟਨ ਵਿੰਗ ਕਮਾਂਡਰ ਜੀ ਐਸ ਚੀਮਾ ਜਿਹੜਾ ਰਾਸ਼ਟਰ ਦੀ ਬਲੀ ਬੇਦੀ ਤੋਂ ਕੁਰਬਾਨ ਹੋ ਗਏ। ਬੜਾ ਦੁਖਦਾਈ ਹੈ ਪਰਿਵਾਰ ਦੇ ਲਈ, ਉਸ ਮਾਂ ਲਈ ਜਿਸ ਮਾਂ ਨੂੰ ਅਜੇ ਸਵੇਰੇ ਦੱਸਿਆ ਗਿਆ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਦੇਸ਼ ਤੋਂ ਕੁਰਬਾਨ ਹੋ ਗਿਆ। ਅਸੀਂ ਇਸ ਪਰਿਵਾਰ ਕੁਛ ਦੇ ਨਹੀਂ ਸਕਦੇ, ਲੇਕਿਨ ਆਪਣੀ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਵੱਲੋਂ ਇਸ ਪਰਿਵਾਰ ਦੇ ਨਾਲ ਚਟਾਂ ਦੀ ਤਰ੍ਹਾਂ ਖੜ੍ਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਇਸ ਪਰਿਵਾਰ ਦੇ ਨਾਲ ਦੁੱਖ ਵੰਡਿਆ ਜਾਏ, ਉਸ ਮਾਂ ਦਾ ਦੁੱਖ ਵੰਡਿਆ ਜਾਏ, ਉਹਨਾਂ ਭਰਾਵਾਂ ਦਾ ਦੁੱਖ ਵੰਡਿਆ ਜਾਏ ਜਿਹਨਾਂ ਭਰਾਵਾਂ ਦੀ ਅੱਜ ਇੱਕ ਭੁਜਾ, ਇੱਕ ਬਾਂਹ ਜਿਹੜੀ ਹੈ ਜੋ ਦੇਸ਼ ਦੀ ਬਲੀ ਬੇਦੀ ਤੋਂ ਕੁਰਬਾਨ ਹੋ ਗਈ ਹੈ, ਉਹਨਾਂ ਮਾਸੂਮ ਬੱਚਿਆਂ ਤੋਂ, ਇੱਕ ਬੇਟੀ ਤੋਂ, ਬੱਚਾ ਜਿਹੜੇ ਅੱਜ ਆਪਣੇ ਆਪ ਨੂੰ ਅਨਾਥ ਮਹਿਸੂਸ ਕਰ ਰਹੇ ਹਨ, ਉਸ ਮੇਰੀ ਭੈਣ ਜਿਸ ਭੈਣ ਦੇ ਸਿਰ ਦਾ ਸੁਹਾਗ ਦੇਸ਼ ਦੀ ਬਲੀ ਬੇਦੀ ਤੋਂ ਕੁਰਬਾਨ ਹੋ ਗਿਆ, ਆਪਣੀ ਡਿਊਟੀ ਨੂੰ ਪਹਿਲ ਦਿੰਦੇ ਹੋਏ ਕੁਰਬਾਨ ਹੋ ਗਿਆ, ਉਸ ਭੈਣ ਨੂੰ ਦਿਲਾਸਾ ਦੇਵਾਂਗੇ ਔਰ ਕੋਸ਼ਿਸ਼ ਕਰਾਂਗੇ ਇਸ ਪਰਿਵਾਰ ਨੂੰ ਫਿਰ ਤੋਂ ਪੈਰਾਂ 'ਤੇ ਖੜਾ ਕੀਤਾ ਜਾਵੇ। ਅਤੇ ਕੁਛ ਹੀ ਦੇਰ ਬਾਅਦ ਤਿਰੰਗੇ ਵਿੱਚ ਲਿਪਟੀ ਹੋਈ ਉਹਨਾਂ ਦੀ ਪਾਰਥੀ ਦੇਸ਼ ਪਿੰਡ ਪਹੁੰਚ ਰਹੀ ਹੈ ਅਤੇ ਕੱਲ੍ਹ ਸਵੇਰੇ 11 ਵਜੇ ਜਿਹੜਾ ਹੈ ਪੂਰੇ ਸੈਨਿਕ ਸਨਮਾਨਾਂ ਦੇ ਨਾਲ ਉਸ ਮਹਾਨ ਯੋਧਾ ਨੂੰ, ਉਸ ਵੀਰ ਯੋਧਾ ਨੂੰ ਜਿਹੜੀ ਅੰਤਿਮ ਵਿਦਾਈ ਦਿੱਤੀ ਜਾਏਗੀ।